subscribe to our youtube channel press the bell icon to get the latest updates ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦਿਆਂ ਕਈ ਥਾਈਂ ਸਪਮਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਧਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖ-ਵੱਖ ਤਰ੍ਹਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਮ ਦੇ ਪ੍ਰਜਾਤੀਆਂ ਦੇ ਸੱਪ ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦੇ ਕਈ ਥਾਈਂ ਸੱਪਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਧਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖ-ਵੱਖ ਤਰ੍ਹਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਮ ਦੇ ਪ੍ਰਜਾਤੀਆਂ ਦੇ ਸੱਪ ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦਿਆਂ ਕਈ ਥਾਈਂ ਸੱਪਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਾਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖੋ-ਵੱਖਰਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਮ ਦੇ ਪ੍ਰਜਾਤੀਆਂ ਦੇ ਸੱਪ ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦੇ ਕਈ ਥਾਈਂ ਸੱਪਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਧਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਕੋਲ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖ-ਵੱਖ ਤਰ੍ਹਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਮ ਦੇ ਪ੍ਰਜਾਤੀਆਂ ਦੇ ਸੱਪ ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦੇ ਕਈ ਥਾਈਂ ਸੱਪਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਾਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖੋ-ਵੱਖਰਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਮ ਦੇ ਪ੍ਰਜਾਤੀਆਂ ਦੇ ਸੱਪ ਪੰਜਾਬ ਦੇ ਵਿੱਚ ਬਰਸਾਤੀ ਮੌਸਮ ਦੇ ਚੱਲਦੇ ਕਈ ਥਾਈਂ ਸੱਪਾਂ ਦੇ ਨਿਕਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਅਜਿਹਾ ਸਿਲਸਿਲਾ ਵਧਦਾ ਜਾ ਰਿਹਾ ਹੈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਦੇ ਕਰਕੇ ਕਈ ਥਾਂ ਤੇ ਕੋਬਰੇ ਤੇ ਕਈ ਥਾਂ ਵੱਖੋ-ਵੱਖਰਾਂ ਦੇ ਸੱਪ ਨਿਕਲਦੇ ਪਏ ਨੇ ਤੇ ਤਾਜ਼ਾ ਮਾਮਲਾ ਜਲੰਧਰ ਦੇ ਹੀ ਤਲਣ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਸੀਵਰੇਜ ਦੇ ਵਿੱਚ ਸੱਪਾਂ ਨੂੰ ਪਾਇਆ ਗਿਆ ਹੈ ਤੇ ਦੂਸਰੇ ਪਾਸੇ ਫੁੱਟਬਾਲ ਚੌਂਕ ਦੇ ਨਜ਼ਦੀਕ ਕਲੋਨੀ ਦੇ ਵਿੱਚ ਰੈਂਟਲ ਸਨੇਕ ਨਾਂ ਦੇ ਪ੍ਰਜਾਤੀਆਂ ਦੇ